ਅੱਜ ਦੀਆਂ ਮੁੱਖ ਖਬਰਾਂ ਵਿੱਚ ਰੂਸ ਦੀ ਬਲਾ ਵੱਲੋਂ ਚਰਨੋਬਲ ਪਰਵਾਣੋ ਪਾਵਰ ਪਲਾਂਟ ਛੱਟਣਾ ਸ਼ੁਰੂ ਯੂਕਰੇਨੀ ਅਧਿਕਾਰੀਆਂ ਦਾ ਬਿਆਨ ਯੂਕਰੇਨ ਨੂੰ ਬੁਸ਼ ਮਾਸਟਰ ਬਖਤਰਬੰਦ ਵਾਹਨ ਭੇਜੇਗਾ ਆਸਟ੍ਰੇਲੀਆ ਖੇਡਾਂ ਵਿੱਚ ਆਸਟ੍ਰੇਲੀਆ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨਾਲ ਟੱਕਰ ਲੈਣ ਲਈ ਤਿਆਰ ਐਸ ਪੀ ਐਸ ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਹ ਉਦੋਂ ਸਾਹਮਣੇ ਆਇਆ ਜਦੋਂ ਦੇਸ਼ ਦੀ ਰਾਜ ਪਾਵਰ ਕੰਪਨੀ ਨੇ ਦੋਸ਼ ਲਗਾਇਆ ਹੈ ਕਿ ਸਾਈਟ ਦੇ ਆਲੇ-ਦੁਆਲੇ ਖਾਈ ਖੋਦਣ ਦੌਰਾਨ ਰੂਸੀ ਸੈਨਿਕ ਰੇਡੀਏਸ਼ਨ ਦੇ ਸੰਪਰਕ ਵਿੱਚ ਆ ਗਏ ਸਨ ਇਸੇ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵੋਰਵ ਦੀ ਨਵੀਂ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਰੂਸੀ ਹਮਲੇ ਦੇ ਵਿਰੁੱਧ ਲੜਨ ਵਿੱਚ ਯੂਕਰੇਨ ਦੀ ਮਦਦ ਕਰਨ ਲਈ ਦੇਸ਼ ਨੂੰ ਕਈ ਬੁਸ਼ ਮਾਸਟਰ ਵਾਹਨ ਭੇਜੇਗਾ। ਇਹ ਯੂਕਰੇਨ ਦੇ ਰਾਸ਼ਟਰਪਤੀ ਵਲੋਡਮੀਰ ਜ਼ੇਲੈਂਸਕੀ ਦੁਆਰਾ ਵੀਰਵਾਰ 31 ਮਾਰਚ ਨੂੰ ਫੈਡਰਲ ਪਾਰਲੀਮੈਂਟ ਨਾਲ ਇੱਕ ਵੀਡੀਓ ਸੰਬੋਧਨ ਦੁਆਰਾ ਆਸਟ੍ਰੇਲੀਆ ਬਣੇ ਬਖਤਰਬੰਦ ਵਾਹਨਾਂ ਦੇ ਰੂਪ ਵਿੱਚ ਹੋਰ ਫੌਜੀ ਸਹਾਇਤਾ ਦੀ ਮੰਗ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਸ਼੍ਰੀ ਮੋਰਿਸੰਦਾ ਕਹਿਣਾ ਹੈ ਕਿ ਆਸਟ੍ਰੇਲੀਆ ਸ਼੍ਰੀ ਜ਼ੇਲੈਂਸਕੀ ਦੀ ਬੇਨਤੀ ਨੂੰ We're not just sending our prayers, we're sending our guns, we're sending our munitions, we're sending our humanitarian aid, we're sending all of this, our body armour, all of these things. And we're going to be sending our armoured vehicles, our bushmasters as well. And we'll be flying them over there on our C-17s to make sure they can be there to support. Australian Bal Hun Ukraine Bushmaster devega. ਵਿੱਤ ਮੰਤਰੀ ਸਾਈਮਨ ਬਰਮਿੰਗਮ ਦਾ ਕਹਿਣਾ ਹੈ ਕਿ ਲੇਬਰ ਪਾਰਟੀ ਹੈਲਥ ਸਰਵਿਸਿਜ਼ ਯੂਨੀਅਨ ਨਾਲ ਇੱਕ ਅਖੌਤੀ ਬੈਕ ਰੂਮ ਡੀਲ ਵਿੱਚ ਸ਼ਾਮਲ ਹੈ ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਲੇਬਰ ਲੀਡਰ ਐਂਥਨੀ ਅਲਬਨੀਜ਼ੀ ਨੇ 2.5 ਬਿਲੀਅਨ ਡਾਲਰ ਬਜ਼ੁਰਗ ਦੇਖਭਾਲ ਪੈਕੇਜ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਇਹ ਸੁਨਿਸ਼ਚਿਤ ਕਰਨ ਦੇ ਵਾਅਦੇ ਸ਼ਾਮਲ ਨੇ ਕਿ ਸੈਕਟਰ ਵਿੱਚ ਹਰ ਸਹੂਲਤ ਲਈ ਹਰ ਸਮੇਂ ਸਾਈਟ ਤੇ ਇੱਕ ਰਜਿਸਟਰਡ ਨਰਸ ਮੌਜੂਦ ਹੋਵੇਗੀ ਵਧੇਰੇ ਕਰਮਚਾਰੀਆਂ ਦੀ ਨਿਯੁਕਤੀ ਕਰਨਾ ਅਤੇ ਭੋਜਨ ਲਈ ਉੱਚੇ ਮਾਪਦੰਡ ਨਿਰਧਾਰਤ ਕਰਨਾ ਵੀ ਇਸ ਪੈਕੇਜ ਦਾ ਟੀਚਾ ਹੈ ਇਹ ਫੇਅਰ ਵਰਕ ਕਮਿਸ਼ਨ ਨੂੰ ਵਧ ਤਨਖਾਹ ਨਿਰਧਾਰਤ ਕਰਨ ਦੀ ਅਪੀਲ ਰਾਹੀਂ ਸੈਕਟਰ ਵਿੱਚ ਕਾਮਿਆਂ ਦੀ ਤਨਖਾਹ ਵਧਾਉਣ ਲਈ ਪੂਰੀ ਤਰ੍ਹਾਂ ਫੰਡ ਦੇਵੇਗਾ ਸੈਨੇਟਰ ਬ੍ਰਿੰਗਮ ਦਾ ਕਹਿਣਾ ਹੈ ਕਿ ਲੇਬਰ ਦੇ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਅਪਾਰਦਰਸ਼ੀ ਨੇ ਦੇਵ ਸਰਵਿਸਿਜ਼ ਯੂਨੀਅਨ ਕਮ ਆਊਟ ਐਂਡ ਸੇ ਥੈਟ ਲੇਬਰ ਹੈਵ ਕਮਿਟਿਡ To fully support their claim for a 25% pay rise. That's what the HSU says about Mr. Albanese. Why is this suspicious? Because only a week ago, the HSU was saying they would make significant contributions to the Labor Party if, if the Labor Party backed in the Health Services Union. Federal Tirde Neta Anthony Albanese. ਪ੍ਰਧਾਨ ਮੰਤਰੀ ਸਕਾਟ ਮੌਰੀਸਨ ਤੇ ਚੋਣ ਬੁਲਾਉਣ ਲਈ ਦਬਾਅ ਵਧਾਰੇ ਨੇ। ਸ਼੍ਰੀ ਮੌਰੀਸਨ ਨੇ ਪਹਿਲਾਂ ਕਿਹਾ ਸੀ ਕਿ ਚੋਣਾਂ ਮਈ ਦੇ ਅੱਧ ਵਿੱਚ ਕਰਵਾਈਆਂ ਜਾਣਗੀਆਂ ਪਰ ਅਜੇ ਰਸਮੀ ਤੌਰ ਤੇ ਇੱਕ ਤਾਰੀਖ ਦਾ ਐਲਾਨ ਕਰਨਾ ਬਾਕੀ ਹੈ। ਸ਼੍ਰੀ ਐਲਬਨੀਜ਼ੀਦਾ ਕਹਿਣਾ ਹੈ ਕਿ ਸ਼੍ਰੀ ਮੌਰੀਸਨ ਆਪਣੀ ਪਾਰਟੀ ਦੇ ਆਪਣੇ ਫਾਇਦੇ ਲਈ ਚੋਣਾਂ ਦੀ ਘੋਸ਼ਣਾ ਨਹੀਂ ਕਰ ਰਹੇ। ਆਨਫਰ ਦਾ ਪ੍ਰਾਈਮ ਮਿਨਿਸਟਰ ਅਨਫਰ ਦਾ ਪਾਨਾਮ ਕਾਲ ਦੀ ਇਲੈਕਸ਼ਨ Call the election, let the Australian people decide. Uh, this uh, business of, of not calling the election so that he can use taxpayers' money for ads is just yet the latest example of a Prime Minister who thinks that taxpayers' money is the same as Liberal Party money. Khabranusar Shiri Morrison, Governor General, Atara ਕੋਵਿਡ ਨੂੰ ਦੇ ਨਜ਼ਦੀਕੀ ਸੰਪਰਕਾਂ ਲਈ ਕੁਆਰੰਟਾਈਨ ਜਲਦੀ ਹੀ ਬੀਤੇ ਦਿਨਾਂ ਦੀ ਗੱਲ ਹੋ ਸਕਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਚੋਟੀ ਦੇ ਜਨਤਕ ਸਿਹਤ ਅਧਿਕਾਰੀ ਵਿਕਲਪਕ ਉਪਾਵਾਂ ਦੀ ਸਿਫਾਰਿਸ਼ ਕਰ ਰਹੇ ਨੇ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਉਪਾਵਾਂ ਨੂੰ ਮੁਫਤ ਰੈਪਿਡ ਐਂਟੀਜਨ ਟੈਸਟਿੰਗ ਘਰੋਂ ਨਿਕਲਣ ਵੇਲੇ ਮਾਸਕ ਪਹਿਨਣਾ ਘਰ ਤੋਂ ਕੰਮ ਕਰਨ ਅਤੇ ਉੱਚ ਜੋਖਮ ਵਾਲੀਆਂ ਸੈਟਿੰਗਾਂ ਤੋਂ ਬਚਣ ਨਾਲ ਬਦਲਿਆ ਜਾ ਸਕਦਾ ਹੈ ਇਸੇ ਦੌਰਾਨ ਦੱਖਣੀ ਆਸਟ੍ਰੇਲੀਆ ਲਾਗ ਦੇ 5134 ਨਵੇਂ ਮਾਮਲੇ ਅਤੇ ਦੋ ਕੋਵਿਡ ਦੀ ਮੌਤਾਂ ਦੀ ਰਿਪੋਰਟ ਕਰ ਰਿਹਾ ਹੈ ਜਿਸ ਵਿੱਚ ਇੱਕ 5 ਸਾਲ ਤੋਂ ਘੱਟ ਉਮਰ ਦਾ ਬੱਚਾ ਵੀ ਸ਼ਾਮਲ ਹੈ ਨਿਊ ਸਾਊਥ ਵੇਲਜ਼ ਵਿੱਚ ਦੋ ਹੋਰ ਮੌਤਾਂ ਅਤੇ 25495 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਵਿਕਟੋਰੀਆ ਵਿੱਚ 6 ਮੌਤਾਂ ਅਤੇ 10424 ਲਾਗਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ। ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਵਿੱਚ ਇੱਕ ਕੋਵਿਡ-19 ਮੌਤ ਅਤੇ 1014 ਨਵੇਂ ਮਾਮਲੇ ਦਰਜ ਹੋਏ ਨੇ। ਕੁਵਿੰਸਲੈਂਡ ਵਿੱਚ 3 ਮੌਤਾਂ ਅਤੇ 10722 ਲਾਗਾਂ ਦੀ ਰਿਪੋਰਟ ਕੀਤੀ ਗਈ ਹੈ ਅਤੇ ਪੱਛਮੀ ਆਸਟ੍ਰੇਲੀਆ ਵਿੱਚ 2 ਮੌਤਾਂ ਅਤੇ 8731 ਨਵੇਂ ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਵਿੱਚ ਗੰਬੀਰ ਹੜ੍ਹਾਂ ਦੇ ਪੀੜਤਾਂ ਨੂੰ ਕੁئینਜ਼ਲੈਂਡ ਵਿੱਚ ਐਮਰਜੈਂਸੀ ਰਹਾਇਸ਼ ਪ੍ਰਦਾਨ ਕੀਤੀ ਜਾਵੇਗੀ ਕਿਉਂਕਿ ਲਿਸਮੋਰ ਤੋਂ ਲੈ ਕੇ ਲੋਅਰ ਮੈਕਲੇ ਤੱਕ ਵਸਨੀਕ ਇਲਾਕਾ ਖਾਲੀ ਕਰਨ ਦੇ ਆਦੇਸ਼ਾਂ ਦੇ ਅਧੀਨ ਨੇ ਨਿਊ ਸਾਊਥ ਵੇਲਜ਼ ਦਾ ਕਮਿਊਨਿਟੀਜ਼ ਐਂਡ ਜਸਟਿਸ ਡਿਪਾਰਟਮੈਂਟ ਨਾਰਥਰਨ ਰਿਵਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਲਗਭਗ 1500 ਲੋਕਾਂ ਲਈ ਬ੍ਰਿਸਬਨ ਅਤੇ ਗੋਲਡ ਕੋਸਟ ਵਿੱਚ ਹੋਟਲਾਂ ਮਨੋਰੰਜਨ ਪਾਰਕਾਂ ਤੇ ਮੋਟਰ ਘਰਾਂ ਵਿੱਚ ਐਮਰਜੈਂਸੀ ਰਹਾਇਸ਼ ਪ੍ਰਦਾਨ ਕਰ ਰਿਹਾ ਹੈ ਇਸ ਦੌਰਾਨ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸਿਜ਼ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ ਹੀ ਡੁੱਬੇ ਹੋਏ ਖੇਤਰਾਂ ਵਿੱਚ ਅਚਾਨਕ ਹੜ੍ਹ ਆ ਸਕਦੇ ਨੇ ਜਿਸ ਵਿੱਚ ਮਿੱਟੀ ਦੀ ਨਮੀ ਦਰਕਤਾਂ ਦੇ ਡਿੱਗਣ ਦੇ ਜੋਖਮ ਨੂੰ ਵਧਾਉਂਦੀ ਹੈ ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਜ ਪੁਲਿਸ ਦਾ ਮੰਨਣਾ ਹੈ ਕਿ ਉਹਨਾਂ ਨੂੰ ਬਜ਼ੁਰਗ ਦੇਖਪਾਲ ਨਰਸ ਅਨੀਤਾ ਬਰੇਕਲ ਦੀ ਲਾਸ਼ ਮਿਲੀ ਹੈ ਜੋ ਕਿ ਲਗਭਗ 3 ਦਿਨ ਪਹਿਲਾਂ ਲਿਸਮੋਰ ਦੇ ਦੱਖਣ ਵਿੱਚ ਹੜਦੇ ਪਾਣੀ ਵਿੱਚ ਲਾਪਤਾ ਹੋ ਗਈ ਸੀ। ਹਵਾਈ ਸੁਰੱਖਿਆ ਮਾਹਰ ਵਿਕਟੋਰੀਆ ਦੇ 30 ਸਾਲਾਂ ਵਿੱਚ ਸਭ ਤੋਂ ਭੜੇ ਸਿਵਲ ਹਵਾਬਾਜ਼ੀ ਦੁਰਘਟਨਾਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੈਲੀਕਾਪਟਰ ਦੇ ਮਲਬੇ ਦੀ ਖੋਜ ਕਰ ਰਹੇ ਨੇ। ਵੀਰਵਾਰ 31 ਮਾਰਚ ਦੀ ਸਵੇਰ ਨੂੰ ਮਾਉਂਟ ਡਿਸਐਪਾਇੰਟਮੈਂਟ ਨੇੜੇ ਹੋਏ ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿੱਚ ਵਿਕਟੋਰੀਆ ਦੇ ਕਬਾੜਖਾਨੇ ਦੇ ਚੇਅਰਮੈਨ 73 ਸਾਲਾ ਪਾਲ ਟ్రోਜਾਵੀ ਸ਼ਾਮਲ ਸਨ। ਸ਼੍ਰੀ ਟ్రోਜਾ ਦੇ ਨਾਲ-ਨਾਲ ਇੱਕ 50 ਸਾਲਾ ਇਨਵਰਲੋਚ ਔਰਤ, 59 ਅਤੇ 70 ਸਾਲ ਦੇ ਨਿਊ ਸਾਊਥ ਵੇਲਜ਼ ਦੇ ਦੋ ਪੁਰਸ਼ ਅਤੇ ਚੈਲਟਨਹੈਮ ਤੋਂ ਇੱਕ 32 ਸਾਲਾ ਪਾਇਲਟ ਸ਼ਾਮਲ ਸੀ। ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਸ਼ੇਲ ਦਾ ਕਹਿਣਾ ਹੈ ਕਿ ਭਾਰੀ ਜੰਗਲੀ ਖੇਤਰ ਕਾਰਨ ਹਾਦਸੇ ਵਾਲੀ ਥਾਂ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਾਂਚ ਮਹੀਨਿਆਂ ਤੱਕ ਚੱਲ ਸਕਦੀ ਹੈ। um and particularly where it may have impacted any of the trees and what uh, story that can tell us. so it is a complex site to get into and there there's still uh there's still undergoing that uh, operation at the moment afghanistan de satta tari shasan nu aurta ate ladkiyan de adhikar da samman karan di mang de vichar taliban da kehna hai ki gwandee deshan de samuhanu afghanistan di aarthik sthiti ate chunautiyan te dhyan kendrit karna chahida hai चीन ਅਤੇ ਪਾਕਿਸਤਾਨ ਸਮੇਤ 7 ਦੇਸ਼ਾਂ ਨੇ ਖੇਤਰ ਦੀ ਆਰਥਿਕ ਸਥਿਰਤਾ ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਹੈ ਅਤੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਦੇ ਹੋਏ ਤਾਲੀਬਾਨ ਦੁਆਰਾ ਹਾਲ ਹੀ ਵਿੱਚ 6ਵੀਂ ਜਮਾਤ ਦੀਆਂ ਲੜਕੀਆਂ ਲਈ ਸਕੂਲ ਬੰਦ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਸਿੱਖਿਆ ਅਤੇ ਔਰਤਾਂ ਦੇ ਅਧਿਕਾਰਾਂ ਤੇ ਧਿਆਨ ਕੇਂਦਰਿਤ ਕਰਨ ਦੀ ਮੰਗ ਕੀਤੀ ਹੈ ਤਾਲੀਬਾਨ ਦੇ ਸੀਨੀਅਰ ਮੈਂਬਰ ਸੁਹੇਲ ਸ਼ਾਹੀਨ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਅਫਗਾਨਿਸਤਾਨ ਵਿੱਚ ਵਿਕਾਸ ਪ੍ਰੋਜੈਕਟ ਸ਼ੁਰੂ ਹੋਣ ਤਾਂ ਜੋ ਬੁਰੀ ਤਰ੍ਹਾਂ ਨਕਦੀ ਦੀ ਤੰਗੀ ਵਾਲੇ ਦੇਸ਼ ਲਈ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੌਨ ਵਿਨਬਿੰ ਨੇ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਨੂੰ ਸੰਬੋਧਨ ਕਰਨ ਤੋਂ ਪਰਹੇਜ਼ ਕੀਤਾ ਪਰ ਕਿਹਾ ਕਿ ਸਮੂ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸਹਿਯੋਗ ਕਰਨ ਲਈ ਸਹਿਮਤ ਹੋ ਗਿਆ ਹੈ Amity and good neighborliness are invaluable to a country. China always respects Afghanistan's sovereignty, independence, and territorial integrity and has committed to supporting its pursuit of peace, stability, and development. The coordination and cooperation mechanism among neighbors of Afghanistan since its launch last September has endeavored to bring into play the strengths of neighboring countries, thus, playing a constructive role in promoting the steady transition in Afghanistan. ਆਸਟ੍ਰੇਲੀਆ ਦਾ ਸਭ ਤੋਂ ਵੱਡਾ ਆਦੀਵਾਸੀ ਇਕੱਠ ਵਾਲਾ ਗਰਮੀ ਦਾ ਤਿਉਹਾਰ ਮਹਾਮਾਰੀ ਕਾਰਨ ਲਗਾਤਾਰ 2 ਸਾਲ ਲਈ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਨਾਰਥਰਨ ਟੈਰੀਟਰੀ ਵਿੱਚ ਵਾਪਸ ਆ ਗਿਆ ਹੈ ਇਹ ਸਮਾਗਮ ਯੋਲੰਗੂ ਲੋਕਾਂ ਦੀਆਂ ਸੱਭਿਆਚਾਰਕ ਕਲਾਤਮਕ ਅਤੇ ਰਸਮੀ ਪਰੰਪਰਾਵਾਂ ਦਾ ਜਸ਼ਨ ਹੈ ਅਤੇ ਆਮ ਤੌਰ ਤੇ ਲਗਭਗ 2500 ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਇਸ ਸਾਲ ਦਾ ਤਿਉਹਾਰ 29 ਜੁਲਾਈ ਤੋਂ 1 ਅਗਸਤ ਤੱਕ ਗੁਲਕੁਲਾ ਵਿਖੇ ਆਯੋਜਿਤ ਕੀਤਾ ਜਾਵੇਗਾ ਜੋ ਕਿ ਉੱਤਰਪੂਰਬੀ ਅਰਨੇਮ ਲੈਂਡਵਿਚ ਗੋਵ ਪ੍ਰਾਇਦੀਪ ਉੱਤੇ ਇੱਕ ਮਹੱਤਵਪੂਰਨ ਰਸਮੀ ਸਥਾਨ ਹੈ ਅਤੇ ਹੁਣ ਸਮਾਂ ਹੈ ਅੱਜ ਦੇ ਖੇਡ ਸਮਾਚਾਰ ਦਾ ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਐਤਵਾਰ ਸਵੇਰੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਨਾਲ ਟੱਕਰ ਲੈਣ ਲਈ ਤਿਆਰੀ ਕਰ ਰਿਹਾ ਹੈ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਚ ਹੋਏ ਟੂਰਨਾਮੈਂਟ ਚ ਲਗਾਤਾਰ 8 ਮੈਚ ਜਿੱਤੇ ਨੇ ਪਰ ਇੰਗਲੈਂਡ ਨੂੰ ਫਾਈਨਲ ਚ ਪਹੁੰਚਣ ਲਈ ਹਾਰ ਦਾ ਸਾਹਮਣਾ ਕਰਨਾ ਪਿਆ ਪੰਜ ਸਿੱਧੇ ਮੈਚਾਂ ਵਿੱਚ ਜਿੱਤ ਦਾ ਦਾਵਾ ਕਰਨ ਤੋਂ ਪਹਿਲਾਂ ਉਹ ਟੂਰਨਾਮੈਂਟ ਦੇ ਪਹਿਲੇ 3 ਮੈਚ ਹਾਰ ਗਏ ਸਨ ਅਤੇ ਦੱਖਣੀ ਅਫਰੀਕਾ ਨੂੰ ਹਰਾ ਕੇ ਉਹਨਾਂ ਨੇ ਫਾਈਨਲ ਵਿੱਚ ਥਾਂ ਬਣਾਈ ਹੈ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਨੂੰ ਆਖਰੀ ਵਾਰ ਹਾਰਉਣ ਤੋਂ ਬਾਅਦ ਆਸਟ੍ਰੇਲੀਆ ਇਸ ਖੇਡ ਵਿੱਚ ਪ੍ਰਵੇਸ਼ ਕਰਨ ਵਾਲੀ ਪਸੰਦੀਦਾ ਟੀਮ ਹੋਵੇਗੀ ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 74 ਸੈਂਟ ਭਾਰਤ ਵਿੱਚ 56 ਰੁਪਏ 75 ਪੈਸੇ ਅਤੇ ਪਾਕਿਸਤਾਨ ਵਿੱਚ 137 ਰੁਪਏ 63 ਪੈਸੇ ਅੰਕਿਤ ਕੀਤੀ ਗਈ ਹੈ ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਨ ਕੈਨਬਰਾ ਸਿਡਨੀ ਅਤੇ ਹੁਬਾਰਟ ਥੋੜੀਆਂ ਬਹੁਤ ਕਣੀਆਂ ਤਾਪਮਾਨ ਕ੍ਰਮਵਾਰ 19 17 21 ਅਤੇ 17 ਡਿਗਰੀ ਬ੍ਰਿਸਬਨ ਕੁਝ ਹੱਦ ਤੱਕ ਬਦਲਵਾਈ ਤਾਪਮਾਨ 28 ਡਿਗਰੀ ਐਡੀਲੇਟ ਜ਼ਿਆਦਾਤਰ ਧੁੱਪ ਤਾਪਮਾਨ 32 ਡਿਗਰੀ ਪਰਥ ਮੀਂਹ ਦੀ ਸੰਭਾਵਨਾ ਤਾਪਮਾਨ 29 ਡਿਗਰੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ ਐਸ ਪੀ ਐਸ ਪੰਜਾਬੀ ਤੋਂ ਮੈਂ ਹਾਂ ਪਰਸਨਾਗਪਾਲ